बीते दिनों चार मरला क्वार्टर में नाबालिगा के साथ हुए बलात्कार मामले में इंसाफ मिलता ना देखकर लोगों ने प्रदर्शन किया। जानकारी देते हुए मोहल्ला वासियों ने बताया कि मामले के मुख्य आरोपी को अभी तक पकड़ा नहीं जा रहा, जिसके विरोध में 4 सितंबर को शहर की सड़कों पर रोष प्रदर्शन किए जाएंगे। ਅੱਜ ਧਰਨਾ ਪ੍ਰਦਰਸ਼ਨ ਇਸ ਕਰਕੇ ਕੀਤਾ ਜੀ ਕਿ ਸਭ ਤੋਂ ਪਹਿਲੇ ਤਾਂ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਗੌਤਮ ਨਾਮ ਦੇ ਵਿਅਕਤੀ ਦੇ ਉੱਤੇ ਜਿਹੜਾ ਕ੍ਰਿਮੀਨਲ ਹੈ ਬਹੁਤ ਵੱਡਾ, ਜਿਹਨੇ ਬਹੁਤ ਹੀ ਹੀਨਸ ਕ੍ਰਾਈਮ ਕੀਤਾ, 13 ਦੀ ਬੱਚੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਬਲਾਤਕਾਰ ਉਹਦਾ ਸਾਬਿਤ ਵੀ ਹੋਇਆ ਔਰ ਐਡਾ ਕੁ ਪਾਪ ਕੀਤਾ ਉਹਨੇ। 13 ਦੀ ਬੱਚੀ ਅਸੀਂ ਕੰਜਕ ਪੂਜਦੇ ਹਾਂ ਜੀ, ਠੀਕ ਹੈ, ਨਰਾਤਿਆਂ ਦੇ ਵਿੱਚ ਅਸੀਂ ਕੰਜਕਾਂ ਵੀ ਦਿੰਦੇ ਹਾਂ ਔਰ ਉਹਦੀ ਮਾਂ ਬੱਚੀ ਦੀ ਖੁਦ ਨਾਲ ਇਨਵੋਲਵ ਹੈ, ਠੀਕ ਹੈ, ਔਰ ਉਹ ਕੁੜੀ ਦਾ ਪਿਓ ਹੈ। ਇਹ ਮੁੰਡਾ, ਇਹਨੂੰ ਇਨਸਾਫ ਚਾਹੀਦਾ, ਇਹਦੇ ਇਨਸਾਫ ਦੇ ਲਈ ਅਸੀਂ ਖੜੇ ਹਾਂ। ਸਾਡਾ ਸਿਰਫ ਇਸ ਗੱਲ ਦਾ ਇੱਕ ਰੋਸ਼ ਆ ਕਿ ਅੱਜ 4 ਦਿਨ ਹੋ ਗਏ ਪਰਚਾ ਹੋਏ ਔਰ ਪੁਲਿਸ ਨੇ ਪਰਚਾ ਵੀ ਕਰਤਾ ਸੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨਯੋਗ SSP ਸਾਹਿਬ ਦਾ, ਮਾਨਯੋਗ DSP ਸਾਹਿਬ ਦਾ, ਮਨਾਸ ਸਾਹਿਬ ਦਾ ਤੇ ਮਾਨਯੋਗ SHO ਸਾਹਿਬ ਦਾ। ਪਰ ਗੌਤਮ ਇੱਕ ਵਾਰੀ ਪੁਲਿਸ ਦੀ ਹਿਰਾਸਤ ਤੋਂ ਭੱਜ ਵੀ ਚੁੱਕਿਆ, ਮਤਲਬ ਪੁਲਿਸ ਉਹਨੂੰ ਫੜਨ ਆਈ ਸੀ ਘਰ ਔਰ ਉਹ ਪੁਲਿਸ ਨੂੰ ਮਤਲਬ ਚਕਮਾ ਦੇ ਕੇ ਉੱਥੋਂ ਭੱਜਣ 'ਚ ਫਰਾਰ ਹੋ ਗਿਆ। ਉਸ ਤੋਂ ਬਾਅਦ ਉੱਤੇ ਪਰਚਾ ਵੀ ਹੋ ਗਿਆ ਗੌਤਮ ਦੇ ਉੱਤੇ, ਠੀਕ ਹੈ। ਅੱਜ ਤੱਕ 4 ਦਿਨ ਹੋ ਗਏ ਪਰਚਾ ਹੋਏ ਨੂੰ, 4 ਦਿਨ ਹੋ ਗਏ ਪਰਚਾ ਹੋਏ ਨੂੰ। ਗੌਤਮ ਦੇ ਕੋਈ ਰਿਸ਼ਤੇਦਾਰਾਂ ਨੇ ਕਿਤੇ ਰੇਡ ਨਹੀਂ ਵੱਜੀ, ਨਾ ਗੌਤਮ ਨੂੰ ਕਿਤੇ ਕੋਈ ਪਤਾ। ਸ਼ਰੇਆਮ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਵੈਸ਼ੀ ਦਰਿੰਦਾ ਫਿਰ ਰਿਹਾ ਨਾਲ ਉਹਦੀ ਮਾਂ, ਠੀਕ ਹੈ ਜੀ। ਕਲਯੁਗ ਦਾ ਇੰਨਾ ਕੁ ਪ੍ਰਕੋਪ ਹੋ ਗਿਆ ਹੁਣ, ਇੰਨਾ ਕੁ ਪ੍ਰਭਾਵ ਹੋ ਗਿਆ ਕਲਯੁਗ ਦਾ ਕਿ ਪੁੱਤ ਕ ਪੁੱਤ ਸੁਣੇ ਹੀ ਇਹ ਮਾਵਾਂ ਵੀ ਕਮਾਵਾਂ ਹੋ ਗਈਆਂ ਹੁਣ। ਬੱਚੀ ਦੀ ਮਾਂ ਖੁਦ ਨਾਲ ਹੋ ਕੇ ਆ ਕੂਹ ਕਰਮ ਕਰਾਉਂਦੀ ਰਹੀ ਆ ਔਰ ਇੱਕ ਲਕਸ਼ਮੀ ਨਾਮ ਦੀ ਲੇਡੀ ਆ ਉਹ ਵੀ ਵਿੱਚ ਇਨਵੋਲਵ ਹੈ। ਲਕਸ਼ਮੀ ਨਾਮ ਦੀ ਲੇਡੀ ਆ ਉਹ ਵੀ ਵਿੱਚ ਇਨਵੋਲਵ ਆ। ਅਸੀਂ ਇਹੀ ਕਹਿੰਦੇ ਹਾਂ ਕਿ 4 ਤਰੀਕ ਨੂੰ ਅਸੀਂ ਗਾਂਧੀ ਚੌਂਕ ਦੇ ਵਿੱਚ ਧਰਨਾ ਦੇਣਾ। 4 ਤਰੀਕ ਤੋਂ ਪਹਿਲੇ ਗੌਤਮ ਨੂੰ ਔਰ ਉਹਦੀ ਮਾਂ ਨੂੰ, ਉਹਨਾਂ ਨੂੰ ਫੜ ਕੇ, ਪੁਲਿਸ ਅੱਗੇ ਇੱਕ ਇਹੀ ਬੇਨਤੀ ਆ, ਉਹਨਾਂ ਨੂੰ ਫੜ ਕੇ ਜਦੋਂ ਉਹਨੂੰ ਅਰੈਸਟ ਕਰਕੇ ਲੈ ਕੇ ਜਾਣਾ ਨਾ ਕੋਰਟ 'ਚ, ਉਸ ਬੰਦੇ ਦਾ ਮੂੰਹ ਕਲਾ ਕਰਕੇ ਜੁੱਤੀਆਂ ਦੇ ਹਾਰ ਪਾ ਕੇ ਜੀਪ ਦੇ ਨਾਲ ਉਹਨੂੰ ਪੈਦਲ ਤੋਰ ਕੇ ਲਿਆ, ਅਸੀਂ ਆਪ ਨਾਲ ਜਾਵਾਂਗੇ, ਮੁਰਦਾਬਾਦ ਦੇ ਨਾਅਰੇ ਲਾਉਂਦੇ ਜਾਵਾਂਗੇ ਤਾਂ ਕਿ ਸਾਰੇ ਸ਼ਹਿਰ ਨੂੰ ਪਤਾ ਚੱਲੇ, ਸਾਰੇ ਜ਼ਿਲ੍ਹੇ ਨੂੰ, ਸਾਰੀ ਆਵਾਮ ਨੂੰ ਪਤਾ ਚੱਲੇ ਕਿ ਰੇਪ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ। ਐਸੇ ਰੇਪੀਆਂ ਨੂੰ ਕੀ ਸਜ਼ਾ ਚਾਹੀਦੀ ਹੈ? ਵਿੱਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਪਠਾਨਕੋਟ ਦੇ ਵਿੱਚ ਕਹਿੰਦੇ ਧੀਆਂ ਜਿਹੜੀਆਂ ਸੀ ਨਾ, ਧੀਆਂ ਉਹ ਇੱਕ ਮਾਂ ਦੇ ਕੋਲ ਸੇਫ ਗਿਣੀਆਂ ਗਈਆਂ ਆ, ਪਰ ਅੱਜ ਕੱਲ ਦੇ ਕਲਯੁਗ ਵਿੱਚ ਮਾਂ ਦੇ ਕੋਲ ਵੀ ਧੀਆਂ ਸੇਫ ਨਹੀਂ ਨੇ। ਇਹਨਾਂ ਤੇ ਅਸੀਂ ਮਾਵਾਂ ਤੇ ਵੀ ਭਰੋਸਾ ਨਹੀਂ ਕਰ ਸਕਦੇ ਅੱਜ ਕੱਲ ਦੇ ਜ਼ਮਾਨੇ 'ਚ। ਧੀਆਂ ਘਰ ਵਿੱਚ ਸੇਫ ਨਹੀਂ ਤੇ ਕਿਤੇ ਵੀ ਸੇਫ ਨਹੀਂ, ਤੇ ਅਸੀਂ ਇਹੀ ਚਾਹੁੰਦੇ ਆ ਇਹੋ ਜਿਹੇ ਆਰੋਪੀਆਂ ਨੂੰ, ਇਹ ਦੇਸ਼ ਦਾ ਇੱਕ ਪਠਾਨਕੋਟ ਦਾ ਪਹਿਲਾ ਕੇਸ ਆ ਔਰ ਆਖਰੀ ਹੋਵੇ, ਦੁਨੀਆਂ ਨੂੰ ਪਤਾ ਲੱਗ ਜੇ ਕਿ ਪਠਾਨਕੋਟ ਵਾਸੀ ਰੇਪੀਆਂ ਦਾ ਕੀ ਹਾਲ ਕਰਦੇ ਨੇ। ਜੈ ਭਾਰਤ, ਜੈ ਹਿੰਦ।